ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਅਲਗੋਂ ਕੋਠੀ ਤਹਿਸੀਲ ਜਿਹੜੀ ਆ ਪੱਟੀ ਅਤੇ ਜ਼ਿਲ੍ਹਾ ਜਿਹੜਾ ਤਰਨ ਤਾਰਨ ਪੈ ਜਾਂਦਾ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਜਿਹੜੀਆਂ ਸੋਹਣੇ ਕੱਦ ਕਾਠ ਵਾਲੀਆਂ ਅਤੇ ਵਧੀਆ ਕੁਆਲਿਟੀ ਵਾਲੇ ਦੋ ਪਸ਼ੂ ਜਿਹੜੇ ਤੁਹਾਨੂੰ ਵਿਖਾਉਣੇ, ਇੱਕ ਜਿਹੜੀ ਗਾਂ ਵਿਖਾਉਣੀ ਆ ਵਧੀਆ ਦੁੱਧ ਵਾਲੀ ਅਤੇ ਇੱਕ ਮੱਝ। ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਨੀਲੀ ਰਾਵੀ ਕ੍ਰੋਸ ਜਿਹੜੀ ਮੱਝ ਉਹ ਤੁਹਾਨੂੰ ਦਿਖਾਉਣੀ, ਬਿਲਕੁਲ ਤਾਜ਼ੇ ਸੂਏ ਜਿਹੜੇ ਪਸ਼ੂ ਆ। ਅਤੇ ਵੀਡੀਓ ਦੇ ਵਿੱਚ ਤੁਹਾਨੂੰ ਇਕੱਲਾ ਇਕੱਲਾ ਪਸ਼ੂ ਖੋਲ੍ਹ ਕੇ ਵਿਖਾਵਾਂਗੇ ਅਤੇ ਨਾਲ ਤੋਰ ਕੇ ਵਿਖਾਵਾਂਗੇ ਅਤੇ ਨਾਲ ਇਹਨਾਂ ਦੀ ਸਾਰੀ ਡਿਟੇਲ ਜਿਹੜੀ ਤੁਹਾਨੂੰ ਦੱਸਾਂਗੇ। ਆਓ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਪੁੱਛ ਰਹੇ ਸਾਰੀ ਡਿਟੇਲ। ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਇਸ ਚੈਨਲ 'ਤੇ ਪਹਿਲੀ ਵਾਰੀ ਆਏ ਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ। ਆਓ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਕੀ ਹਾਲ ਚਾਲ ਜੀ? ਵਧੀਆ ਜੀ ਵਧੀਆ, ਤੁਸੀਂ ਦੱਸੋ ਜੀ? ਹਾਂਜੀ ਸਭ ਵਧੀਆ ਜੀ। ਹਾਂਜੀ ਵੀਰ ਜੀ, ਅਤੇ ਵੀਰ ਜੀ ਆਪਣਾ ਨਾਮ ਬੋਲ ਦਿਓ ਜੀ। ਮੇਰਾ ਨਾਮ ਵੀਰ ਜੀ ਹਰਪਾਲ ਸਿੰਘ, ਪਿੰਡ ਅਲਗੋਕਲਾਂ, ਤਹਿਸੀਲ ਪੱਟੀ, ਡਿਸਟ੍ਰਿਕਟ ਤਰਨ ਤਾਰਨ ਜੀ। ਅਤੇ ਆਪਾਂ ਨੂੰ ਇੱਥੋਂ ਲਾਗੇ ਸ਼ਹਿਰ ਕਿਹੜਾ ਜੇ ਪੈ ਜਾਂਦਾ ਜੀ? ਆਪਾਂ ਨੂੰ ਅਲਗੋ ਕੋਠੀ ਪੈਂਦਾ ਲਾਗੇ ਸ਼ਹਿਰ। ਅੱਛਾ, ਕਿਲੋਮੀਟਰ ਆਪਣਾ ਘਰ ਆ ਜੀ। ਹਾਂਜੀ ਹਾਂਜੀ, ਤੇ ਆਪਾਂ ਨੂੰ ਇੱਥੋਂ ਭਿੱਖੀ ਪਿੰਡ ਕਿੰਨਾ ਕੁ ਪੈ ਜਾਂਦਾ? ਭਿੱਖੀ ਪਿੰਡ ਆਪਣਾ ਨੂੰ 8 ਕਿਲੋਮੀਟਰ ਪੈਂਦਾ ਜੀ। ਤੇ ਪੱਟੀ ਕਿੰਨਾ ਕੁ ਪੈ ਜਾਂਦਾ? ਪੱਟੀ ਇੱਥੋਂ 15 ਕਿਲੋਮੀਟਰ ਪੈਂਦਾ ਜੀ। ਠੀਕ ਆ। ਹਾਂਜੀ, ਤੇ ਵੀਰ ਜੀ ਆਪਣਾ ਇੱਕ ਵਾਰੀ ਫੋਨ ਨੰਬਰ ਬੋਲ ਦਿਓ ਜੀ। ਫੋਨ ਨੰਬਰ ਹੈਗਾ ਜੀ 8146-66-155। ਠੀਕ ਆ ਜੀ, 8146-66-155। ਤੇ ਵੀਰ ਜੀ ਆਪਣਾ ਵਪਾਰ ਦਾ ਕੰਮ ਹੀ ਆ ਜੀ? ਹਾਂਜੀ ਵੀਰ ਜੀ, ਵਪਾਰ ਦਾ ਕੰਮ ਹੀ ਹੈ ਜੀ। ਇੱਕ ਦੋ ਪਸ਼ੂ ਲੈ ਆਈਦੇ ਆ ਤੇ ਚੰਗੇ ਘਰਾਂ ਚੋਂ ਲੱਭ ਕੇ ਲਿਆਈਦੇ ਆ, ਵਧੀਆ ਪਸ਼ੂ ਲਿਆਈਦੇ, ਦੁੱਧ ਵਾਲੇ ਲਿਆਈਦੇ ਆ। ਠੀਕ ਆ। ਹਾਂਜੀ, ਤੇ ਲਿਆ ਕੇ ਵੇਚ ਦਈਦੇ ਆ। ਤੇ ਜਿਹੜੇ ਅੱਜ ਆਪਾਂ ਵਿਖਾਉਣੇ ਦੋਵੇਂ ਸੂਏ? ਹਾਂਜੀ, ਦੋਵੇਂ ਸੂਏ ਆ ਜੀ, 3-3 ਦਿਨ ਹੋ ਗਏ ਆ ਜੀ। ਠੀਕ ਆ ਜੀ। ਹਾਂਜੀ, ਤੇ ਆਓ ਫਿਰ ਸ਼ੁਰੂ ਕਰਦੇ ਆ। ਤੇ ਸਭ ਤੋਂ ਪਹਿਲਾਂ ਕੀ ਵਿਖਾਵਾਂਗੇ, ਮੱਝ ਵਿਖਾਵਾਂਗੇ? ਪਹਿਲਾਂ ਆਪਾਂ ਜੀ ਆਪਣਾ ਦਾਮ ਖਾਵਾਂਗੇ ਜਿਹੜੀ ਮੋਗਾ ਹੈ ਜੀ, 2-3 ਦੀ ਹੈ ਜੀ। ਠੀਕ ਆ ਜੀ। ਹਾਂਜੀ, ਆ ਦੋਸਤੋ ਸਭ ਤੋਂ ਪਹਿਲਾਂ ਜਿਹੜੀ ਤੁਹਾਨੂੰ ਗਾਂ ਉਹ ਦਿਖਾਉਣੀ ਆ, ਬਹੁਤ ਸੋਹਣਾ ਜਿਹੜਾ ਇਹਦਾ ਕੱਦ ਕਾਠ ਆ ਅਤੇ ਬਿਲਕੁਲ ਤਾਜ਼ੀ ਸੂਈ ਜਿਹੜੀ। ਆ ਬੱਚਾ ਇੱਧਰ ਨੂੰ ਕਰਿਓ ਜੀ, ਕਰੀ ਤੁਹਾਨੂੰ ਬੱਚਾ। ਬੱਚਾ ਮਗਰ ਕੀ ਆ ਗਿਆ ਜੀ? ਮੱਛੀ ਆ ਗਈ ਹੈ ਜੀ, ਮੱਛੀ ਮਗਰ ਆ ਦੇਖ ਸਾਡੇ ਦੋਸਤੋ, ਬਿਲਕੁਲ ਤਾਜ਼ੀ ਸੂਈ ਨਾੜੂ ਜਿਹੜਾ ਇਹਦੇ ਨਾਲ ਆ ਜੀ। ਹਾਂਜੀ, ਦੇਖ ਸਕਦੇ ਦੋਸਤੋ ਕੱਦ ਕਾਠ ਦੋਸਤੋ ਜਿਹੜਾ ਇਹਦਾ ਬੜਾ ਉੱਚਾ ਅਤੇ ਹਵਾਨਾ ਵੀ ਜਿਹੜਾ ਇਹਦੇ ਥੱਲੇ ਸੰਗਾ ਸੋਹਣਾ ਲੱਗਾ। ਆਹ ਦੇਖ ਸਕਦੇ ਹਵਾਨੇ ਦੀ ਕੁਆਲਿਟੀ। ਅਜੇ ਇਸ ਟਾਈਮ ਜਿਹੜੀ ਪਸ਼ੂਆਂ ਦੀ ਚਵਾਈ ਨਹੀਂ ਹੋਈ, ਸਵੇਰ ਦੇ ਜਿਹੜੇ ਆਪਾਂ ਤਕਰੀਬਨ 7:30-8 ਵਜੇ ਦੇ ਕਰੀਬ ਜਿਹੜੀ ਵੀਡੀਓ ਬਣਾ ਰਹੇ ਹਾਂ, ਅਤੇ ਜੇ ਪਸ਼ੂਆਂ ਦੀ ਚਵਾਈ ਨਹੀਂ ਹੋਈ ਤਾਂ ਉਸ ਹਿਸਾਬ ਨਾਲ ਤੁਸੀਂ ਜਿਹੜਾ ਅੰਦਾਜ਼ਾ ਲਗਾਇਓ। ਤੇ ਹਾਂਜੀ ਵੀਰ ਜੀ ਨੂੰ ਕਿੰਨਾ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ? ਵੀਰ ਜੀ ਇਹਨੂੰ 3 ਦਿਨ ਹੋ ਗਏ ਆ ਜੀ, ਸੂਈ ਨੂੰ ਤਾਜ਼ੀ ਸੂਈ ਹੈ ਜੀ। ਤਾਜ਼ੀ ਸੂਈ ਆ? ਹਾਂਜੀ। ਤੇ ਕਿੰਨਾ ਕੁ ਦੁੱਧ ਜਿਹੜਾ ਇਹਦੇ ਥੱਲੇ ਤਿਆਰ? ਇਹਦੇ ਥੱਲੇ ਇਸ ਟਾਈਮ 22 ਕਿਲੋ ਦੁੱਧ ਤਿਆਰ ਆ ਜੀ। 22 ਲੀਟਰ ਪੂਰਾ ਤਿਆਰ ਹੈ? ਪੂਰਾ 22 ਲੀਟਰ ਤਿਆਰ ਹੈ, ਚੋਗੇ ਜਿਹੜਾ ਮਰਜ਼ੀ ਵੇਖ ਸਕਦਾ ਜੀ। ਕੋਈ 2-3 ਟਾਈਮ ਚਵਾਈ ਕਰ ਸਕਦਾ ਆਪਣੀ? ਵੀਰ ਜੀ 4 ਟਾਈਮ ਤੇ ਚਵਾਈ ਕਰੇ, ਇੱਥੇ ਰਹਿ ਕੇ ਉਹਨੂੰ ਰੋਟੀ ਪਾਣੀ ਦਾ ਪ੍ਰਬੰਧ ਪੂਰਾ ਕੀਤਾ ਜਾਊਗਾ ਜੀ। ਠੀਕ ਹੈ ਜੀ। ਹਾਂਜੀ, ਤੇ ਕਿੰਨਾ ਕੁ ਦੁੱਧ ਜਿਹੜਾ ਵੀਰ ਜੀ ਇਹ ਕਰ ਜੂਗੀ? 28-29 ਲੀਟਰ ਦੁੱਧ ਮਤਲਬ ਐ ਆਰਾਮ ਨਾਲ ਦਊਗੀ ਜੀ। ਠੀਕ ਹੈ। ਤੇ ਇਹਦੀ ਫੈਟ ਦੀ ਕੁਆਲਿਟੀ ਵੀ ਵਧੀਆ ਹੁੰਦੀ? ਵਧੀਆ ਵੀਰ ਜੀ, ਫੈਟ ਦੀ ਕੁਆਲਿਟੀ ਬਹੁਤ ਵਧੀਆ ਜੀ। ਕਿੰਨਵਾਂ ਸੂਆ ਇਹ ਸੂਈ? ਇਹ ਵੀਰ ਜੀ ਤੀਜਾ ਸੂਆ ਸੂਈ ਆ ਜੀ। ਤੀਜਾ ਸੂਆ ਸੂਈ ਆ ਤੇ ਮਗਰ ਇਹਦੇ ਵੱਛੀ ਆ ਗਈ? ਮਗਰ ਇਹਦੇ ਵੱਛੀ ਆ ਜੀ। ਠੀਕ ਆ, ਉਹ ਫਿਰ ਇੱਕ ਵਾਰੀ ਇਹਨੂੰ ਖੋਲ੍ਹ ਕੇ ਵਿਖਾਈਏ ਤਾਂ ਫਿਰ ਜਿਹੜਾ ਇਹਦਾ ਮੁੱਲ ਆ ਆਪਾਂ ਉਹ ਦੱਸ ਦੇ। ਹਾਂ ਦੇਖ ਸਕਦੇ ਦੋਸਤੋ ਫੇਸ ਕੁਆਲਿਟੀ ਜਿਹੜੀ ਤੁਸੀਂ, ਕੱਦ ਕਾਠ ਦੋਸਤੋ ਜਿਹੜਾ ਬੜਾ ਉੱਚਾ ਹੈ, ਜਰਸੀ ਐਚ ਐਫ ਕ੍ਰੋਸ ਜਿਹੜੀ ਹੈ ਗਾਂ ਆ ਗਈ ਆ ਵੱਡੇ ਕੱਦ ਕਾਠ ਵਾਲੀ ਅਤੇ ਵਧੀਆ ਜਿਹੜਾ ਹਵਾਨੇ ਵਾਲੀ। ਹਾਂ ਦੇਖ ਸਕਦੇ ਕੱਦ ਕਾਠ ਵੀ ਜਿਹੜਾ ਇਹਦਾ ਬੜਾ ਉੱਚਾ, ਛੋਟਾ ਵੀਰ ਜਿਹੜਾ ਆਪਾਂ ਨੂੰ ਅੱਜ ਤੋਰ ਕੇ ਵਿਖਾਉਂਦੇ ਆ ਦੋਸਤੋ। ਜਿਹੜਾ ਇਹਦਾ ਥਣ ਹੈ ਉਹ ਵੀ ਦੇਖਣ ਵਾਲਾ ਲੱਗਾ, ਤੁਸੀਂ ਗੈਪ ਦੇਖ ਸਕਦੇ ਜੇ ਥਣਾਂ ਦਾ ਦੋਸਤੋ। ਹਵਾਨੇ ਦੀ ਕੁਆਲਿਟੀ ਇੱਕ ਵਾਰੀ ਤੁਹਾਨੂੰ ਚੰਗੀ ਤਰ੍ਹਾਂ ਚੈੱਕ ਕਰਾ ਦਈਏ, ਆ ਦੇਖ ਸਕਦੇ ਬਿਲਕੁਲ ਦੂਰ ਦੂਰ ਜਿਹੜਾ ਵਿੱਥੀ ਦੇ ਥਣ ਲੱਗਾ ਅਤੇ ਥਣ ਵੀ ਬੜਾ ਸੋਹਣਾ ਜਿਹੜਾ ਹੱਥ ਦੀ ਚਵਾਈ ਵਾਲਾ ਥਣ ਲੱਗਾ, ਮੁੱਠੀ ਵਾਲਾ ਥਣ ਪੂਰਾ ਜਿਹੜਾ ਇਹਦੇ ਲੱਗਾ। ਇੱਕ ਵਾਰੀ ਤੁਹਾਨੂੰ ਇੱਧਰੋਂ ਵੀ ਥਣਾਂ ਦੀ ਕੁਆਲਿਟੀ ਦਿਖਾ ਦਈਏ, ਆ ਦੇਖ ਸਕਦੇ। ਹਾਂਜੀ ਵੀਰ ਜੀ, ਚਵਾ ਚਵੂ ਓਕੇ ਆ ਜੇ ਪੂਰਾ? ਚਵਾ ਓਕੇ ਆ, ਮੋਗਾ ਸੋਹਣਾ। ਅੱਛਾ ਹਾਂਜੀ, ਤੇ ਧਾਰਾ ਮਾਰ ਕੇ ਵਿਖਾ ਦਿੰਦੇ ਹਾਂ ਜੀ। ਚਲੋ ਫਿਰ ਧਾਰਾ ਹੀ ਮਾਰ ਕੇ ਵਿਖਾ ਦਿੰਦੇ ਹਾਂ ਇੱਕ ਇੱਕ ਦੋ ਦੋ। ਅਤੇ ਉਂਝ ਠੰਡੀ ਸੀਲ ਆ ਜੀ? ਬਿਲਕੁਲ ਜੀ, ਠੰਡੀ ਸੀਲ ਆ। ਆਹ ਦੋਸਤੋ ਦੇਖ ਸਕਦੇ ਤੁਸੀਂ
बहुत सोहनी जिहड़ी मोटी धार आ, थोड़ा जिहा कई वारी पशु नूं भला भुला पईआं हुंदीआं ते उहदे तां जिहड़ा कई वारी कर जांदा। बाकी तुसीं देख सकदे बिल्कुल ठंडी सील जिहड़ी ते चवाह वी जिहड़ा इहदा बिल्कुल ओके आ। हाँ देख सकते धारा की क्वालिटी, तो कोई भूर छिट्टा नहीं, कोई कुछ नहीं। चलो ठीक है वीर जी, हाँ देख सकते बहुत सोहनी जड़ी इसकी चवाई है। हाँ जी वीर जी, फिर की मुल कर दे जी ये करमाली का 55,000 रुपया रखा जी, 55,000 अजय 28-29 लीटर वाली 55,000 जी चलूगियां फिर। कोई गल नहीं वीर जी, आप तोहफे देने, ठीक है। हाँ जी, ਤੇ ਮੌਕੇ ਤੇ ਮਾਨਤਾਨ ਕਰੋਗੇ 55? ਮਾਨਤਾਨ ਵੀਰ ਜੀ ਜਿਹੜਾ ਕੋਈ ਭੈਣ ਭਰਾ ਆਊਗਾ ਉਹਦਾ ਮਾਨਤਾਨ ਮੌਕੇ ਤੇ ਕੀਤਾ ਜਾਊਗਾ। ਅੱਛਾ ਅੱਛਾ, ਚੌਚਵੀਂ ਮਾਨਤਾਨ ਜਿਹੜਾ ਤੁਸੀਂ ਕਰ ਦੇਣਾ, ਠੀਕ ਆ। ਇਹ ਆਪਾਂ ਨਵੀਂ ਪਨੀਰ ਨੂੰ ਮਤਲਬ ਦੇਣਾ ਆਪਾਂ ਤੋਹਫਾ ਲੈਣ ਤੇ ਲਿਆਉਣਾ, ਠੀਕ ਆ। ਮਤਲਬ ਆਪਾਂ ਤਾਂ ਕਰਕੇ ਇਹਦਾ 55,000 ਰੁਪਏ ਰੇਟ, ਠੀਕ ਆ। ਵੀਰ ਜੀ ਇੱਕ ਮਿੰਟ ਲੱਗੇ ਖਲੋਤੇ ਰਹੋ, ਉਸ ਹਿਸਾਬ ਨਾਲ ਤੁਸੀਂ ਆਹ ਦੇਖ ਸਕਦੇ ਹਾਈਟ ਦਾ ਅੰਦਾਜ਼ਾ, ਤੁਸੀਂ ਵੀਰ ਜੀ ਉਹਨਾਂ ਦੀ ਹਾਈਟ ਤੋਂ ਲਗਾ ਸਕਦੇ ਜੇ। ਬਹੁਤ ਉੱਚਾ ਜਿਹੜਾ ਕੱਦ ਕਾਠ ਜਿਹੜਾ ਕਾਂ ਦਾ ਹੈਗਾ। ਆਹ ਹੁਣ ਤੁਹਾਨੂੰ ਜਿਹੜੀ ਮੱਝ ਆ ਉਹ ਵੀ ਤੁਹਾਨੂੰ ਦਿਖਾ ਦਈਏ। ਮੱਝ ਵੀ ਚੰਗੀ ਵਧੀਆ ਕੁਆਲਿਟੀ ਦੀ ਜਿਹੜੀ ਮੱਝ ਆ, ਤੇ ਇਹਦੇ ਮਗਰ ਬੱਚਾ ਵੀ ਜਿਹੜਾ ਬੜਾ ਸੋਹਣਾ ਨੀਲੀ ਦਾ, 3 ਦਿਨ ਹੋਏ ਆ ਜੀ, 3 ਦਿਨ ਹੋਏ ਨਾ ਸੂਈ ਨਵੀਂ। ਹਾਂਜੀ ਨਾੜੂ ਵੀ ਅਜੇ ਨਾਲੇ ਆ ਜੀ। ਹਾਂ ਦੇਖ ਸਕਦੇ ਮਗਰ ਕੱਟਾ ਆ ਗਿਆ ਜੀ। ਹਾਂਜੀ ਕੱਟਾ ਹੀ ਨੀਲੇ ਦਾ ਵੀ ਦਾ। ਹਾਂ ਦੇਖ ਸਕਦੇ ਕੱਟਾ ਮਗਰ ਆ ਗਿਆ, ਤੇ ਇਹਦੇ ਇਹ ਵੀ ਬਿਲਕੁਲ ਤਾਜ਼ੀ ਸੂਈ ਨਾੜੂ ਇਹਦੇ ਨਾਲ ਆ। ਹਾਂਜੀ ਤੇ ਥਾਂ ਇੱਕ ਵਾਰੀ ਤੁਹਾਨੂੰ ਚੈੱਕ ਕਰਾ ਦਈਏ ਇਹਦਾ ਵੀ, ਤੁਹਾਨੂੰ ਜਿਹੜਾ ਬੜਾ ਸੋਹਣਾ ਲੱਗਾ। ਹਾਂਜੀ ਵੀਰ ਜੀ, ਇਹਦੇ ਥੱਲੇ ਕਿੰਨਾ ਦੁੱਧ ਤਿਆਰ ਹੈ ਜੀ? ਇਹਦੇ ਥੱਲੇ ਇਸ ਟਾਈਮ ਵੀਰ ਜੀ 10 ਲੀਟਰ ਪੂਰਾ ਬੋਲਾ ਤਿਆਰ ਹੈ ਜੀ। 10 ਲੀਟਰ ਪੂਰਾ ਬੋਲਾ ਤਿਆਰ ਹੈ? ਹਾਂਜੀ। ਕੋਈ 2 ਟਾਈਮ 3 ਟਾਈਮ ਚਵਾਈ ਕਰ ਲਿਆ ਆਪਣੀ? ਹਾਂ ਵੀਰ ਜੀ 4 ਟਾਈਮ ਰਹਿ ਕੇ ਚਵਾਈ ਕਰ ਲਿਆ ਜੀ। ਤੇ ਦੁੱਧ ਕਿੰਨਾ ਕੇ ਕਰ ਜੂਗੀ? ਦੁੱਧ ਵੀਰ ਜੀ 14 ਲੀਟਰ ਕਰੂਗੀ। ਵੈ ਪਿਛਲੇ ਸਾਡੇ ਘਰ ਵਾਲੇ ਦਿੰਦੇ ਆ ਵੀ 16 ਲੀਟਰ ਕੀਤਾ, ਪਰ ਅਸੀਂ 14 ਲੀਟਰ ਦੀ ਗਰੰਟੀ ਦਿੰਦੇ ਹਾਂ ਜੀ। ਅੱਛਾ, ਤੁਸੀਂ 14 ਲੀਟਰ ਪਿੱਛੋਂ ਜਿਹੜੇ ਘਰ ਵਾਲਿਆਂ ਨੇ 16 ਲੀਟਰ ਦਾ ਕਿਹਾ, ਪਰ ਤੁਸੀਂ 14 ਲੀਟਰ ਦੀ ਕਹਿ ਕੇ 14 ਲੀਟਰ ਦੀ ਗਰੰਟੀ ਦਿੰਦੇ ਹਾਂ। ਠੀਕ ਹੈ। ਤੇ ਇਹ ਸੂਆ ਕਿੰਨਵਾਂ ਸੂਈ ਹੈ ਜੀ? ਇਹ ਸੂਆ ਵਰਕੀ ਵੀਰ ਜੀ ਦੂਜਾ ਸੂਈ ਹੈ ਸਾਡੇ, ਦੂਸਰਾ ਸੂਆ ਸੂਈ ਹੈ। ਹਾਂਜੀ ਠੀਕ ਹੈ। ਤੇ ਆਓ ਫਿਰ ਇਹਨਾਂ ਵੀ ਇੱਕ ਵਾਰੀ ਤੋਰ ਕੇ ਵਿਖਾਈਏ ਤੇ ਫਿਰ ਜਿਹੜੇ ਦਾ ਰੇਟ ਹੈ ਉਹ ਆਪਾਂ ਦੱਸ ਦੇ। ਹਾਂ ਦੇਖ ਸਕਦੇ ਦੋਸਤੋ ਹਵਾਨਾ ਜਿਹੜਾ ਇਹਦੇ ਥੱਲੇ ਵੀ ਬੜਾ ਸੋਹਣਾ ਲੱਗਾ, ਬਹੁਤ ਤਕੜੇ ਹਵਾਨੇ ਵਾਲੀ ਜਿਹੜੀ ਮੱਝ ਤੁਹਾਨੂੰ ਦਿਖਾਉਣੀ ਹੈ। ਦੂਸਰਾ ਸੂਆ ਜੇ ਵੀਰ ਜੀ ਹੁਣੀ ਕਹਿੰਦੇ ਸੋਈ ਆ, ਸਿੰਘਾਂ ਤੋਂ ਵੀ ਕੁੰਡੀ ਆ। ਹਵਾਨਾ ਤੁਸੀਂ ਦੇਖ ਸਕਦੇ ਜੀ ਬਹੁਤ ਸੋਹਣਾ ਜਿਹੜਾ ਹਵਾਨਾ ਮਾਈ ਥੱਲੇ ਲੱਗਾ, ਤੇ ਥਣ ਵੀ ਜਿਹੜਾ ਦੂਰ ਦੂਰ ਸੋਹਣਾ ਹੱਥ ਦੀ ਚਵਾਈ ਵਾਲਾ ਥਣ ਲੱਗਾ। ਆ ਇਹਦੇ ਮਗਰ ਕੱਟਾ ਆ ਗਿਆ ਜੀ। ਹਾਂ ਦੇਖ ਸਕਦੇ ਕੱਟਾ ਵੀ ਸੋਹਣਾ ਨੀਲੀ ਦਾ ਕੱਟਾ, ਤੇ ਮੱਝ ਵੀ ਜਿਹੜੀ ਆਪ ਵੀ ਨੀਲੀ 'ਚ ਆ ਗਈ ਆ ਜੀ। ਤੇ ਹਾਂਜੀ ਵੀਰ ਜੀ, ਫਿਰ ਇਹਦਾ ਕੀ ਮੁੱਲ ਕਰਦੇ ਜੀ? दो पशु जेड़े आपां नूं अज वीर जी उन्होंने दिखाए है, वधिया रिकॉर्ड वाले पशु आ। किसी वीर नूं कोई भी पशु पसंद आता है अपना आवे, 2 टाइम 3 टाइम तसली करे ते फिर अपना पशु खरीदे जी। ਦੋਵੇਂ ਤਾਜ਼ੇ ਸੋਏ ਪਸ਼ੂ ਆ, ਗਾਂ ਦੇ ਮਗਰ ਜਿਹੜੀ ਵੱਛੀ ਆ ਅਤੇ ਮੱਝ ਦੇ ਮਗਰ ਜਿਹੜਾ ਕੱਟਾ ਆ ਗਿਆ। ਬਾਕੀ ਕਿਸੇ ਵੀਰ ਨੂੰ ਵੀ ਕੋਈ ਵੀ ਪਸ਼ੂ ਪਸੰਦ ਆਉਂਦਾ ਆਪਣਾ ਆਵੇ, ਤਸੱਲੀ ਕਰਕੇ ਫਿਰ ਲਵੇ ਜੀ। ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।